ਭੈਣ ਭਰਾਓ ਕੀ ਹਾਲ ਚਾਲ ਹੈ ਠੀਕ ਹੀ ਵੇ ਉਮੀਦ ਕਰਨੀ ਆ ਤੁਸੀਂ ਠੀਕ ਹੋ ਸੋ ਅੱਲਾ ਦੇ ਫਜ਼ਲ ਕਰਮ ਨਾਲ ਅਸਾਂ ਵੀ ਠੀਕ ਹਾਂ ਅੱਜ ਅਸਾਂ ਬਣਾਏ ਦੇ ਪਿਆ ਬਿਰਿਆਨੀ ਤੇ ਮੈਂ ਆਖੇ ਭੈਣ ਭਰਾਵਾਂ ਨਾਲ ਹੀ ਸ਼ੇਅਰ ਕਰ ਲਵਾਂ ਅੱਜ ਫਰਮਾਇਸ਼ ਆਈ ਤੁਹਾਡੇ ਭਾਈ ਦੀ ਕਿ ਮੈਂ ਬਿਰਿਆਨੀ ਖਾਵਣੀ ਹੈ ਮੈਂ ਆਖੇ ਠੀਕ ਹੈ ਤੁਹਾਨੂੰ ਬਿਰਿਆਨੀ ਪਕਾ ਦੇਣੀ ਹੈ ਤੁਸੀਂ ਬਿਰਿਆਨੀ ਖਾਓ ਕਿੰਨੀ ਦੇਰ ਤੱਕ ਬਣਵੇ ਸੀ ਵੈਸੇ ਹੁਣ ਕੰਮ ਸ਼ੁਰੂ ਕਰੇ ਨੇ ਪਿਆ ਬਣਵੇ ਸੀ ਅੱਜ ਮਸੇ ਮਸੇ ਜਾਣਾ ਤੁਹਾਡੇ ਭਾਈ ਦਾ ਦਿਲ ਕੀਤਾ ਪਹਿਲਾਂ ਤਾਂ ਕਿਨਾਂ ਚਾਵਲ ਖਾਂਦੇ ਕਿਆ ਨਹੀਂ ਅੱਜ ਦਿਲ ਕੀਤਾ ਨੇ ਕਿ ਬਿਰਿਆਨੀ ਹੋਵੇ ਦੇਖ ਲਓ ਤੁਹਾਡੇ ਸਾਹਮਣੇ ਜਾਣਾ ਸਮਾਨ ਤਿਆਰ ਥਿੰਦਾ ਪਈ ਬਣਾਉਂਦੇ ਪਏ ਬਣਾਉਂਦੇ ਪਏ ਥੋੜੀ ਜਿਹੀ ਦੇਰ ਜ਼ਰਾ ਫਟਾਫਟ ਕਰੋ ਮੈਂ ਮੰਨਾ ਸ਼ਹਿਰ ਤੇ ਕੋਈ ਸਮਾਨ ਲੈ ਆਵਣੇ ਤੇ ਵਾਲੋ ਆਰਡਰ ਆਇਆ ਪਈ ਤੇਲ ਦਾ ਤੇਲ ਬਣਾਉਣੇ ਤੇ ਜਲਦੀ ਜਲਦੀ ਮੈਂ ਆਖਿਆ ਚਲੋ ਮੈਂ ਹੀ ਖਾ ਦੀ ਬਣਾ ਬਸ ਬਸ ਹੁਣੀ ਕਿੰਨੀ ਦੇਰ ਲੱਗ ਗਈ ਸੀ फटाफट बड़ी जल्दी जल्दी वाल तेल ही बना दे प्यार वीवर जी मैं पिछली वीडियो जेड़े भैनी भरावां दे भई वाल ग्रोथ नहीं करेंदे ढांदे पे आंदे रुक आंदे वाल उन्हां वास्ते असां वाल तेल बणाने होने ते हुण भी आर्डर आए 6 बोतलां दा ते मैं आखे चलो भाभी तुहाडी होरां नूं कोई समान लैके दे लवीए ते उस तों बिरयानी बणाउंदे ते बिरयानी खावण तों बाद वाल मैं शहर शहर वांते ने वाल समान लै आने ते वाल अपने जेड़े साडे भाई हैं पैते जी नाल आर्डर कीते उन्हां नूं तेल बना लवणे ते ਬਿਰਿਆਨੀ ਨੂੰ ਜਿਹੜਾ ਗੋਸ਼ਤ ਭੁੱਜਦਾ ਵੀ ਹੈ ਗੋਸ਼ਤ ਭੁੱਜ ਕੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਪਾਣੀ ਪਾ ਦਿਆ ਸੀ ਪਾਣੀ ਪਾ ਕੇ ਵਾਲ ਚਾਵਲ ਧੋ ਕੇ ਉਹ ਬਣਾ ਕੇ ਵਿੱਚ ਦੇਖੋ ਦੇ ਲਈ ਚਾਵਲ ਦੇ ਲਈ ਪਾ ਦੇ ਸੀ ਦਮ ਦੇ ਕੇ ਵਾਲ ਤੁਹਾਡੇ ਭਾਈ ਦੀ ਬਿਰਿਆਨੀ ਹੋ ਰਹੀ ਸੀ ਤਿਆਰ ਜੇ ਲੈ ਖਾਂਦੇ ਬੈਠੇ ਸਨ ਵਾਲ ਪੁੱਛੂ ਕਿਉਂਕਿ ਅੱਜ ਮਿਰਚਾਂ ਜ਼ਿਆਦਾ ਤੇਜ਼ ਹਨ ਤੇ ਇਹ ਮਿਰਚਾਂ ਖਾਂਦੇ ਕਿਆ ਨਹੀਂ ਜੇ ਲੈ ਮਿਰਚਾਂ ਖਾ ਲਿਆ ਸੀ ਤੇ ਵਾਲ ਪੁੱਛੂ ਵੀ ਕਿ ਬਣ ਗਿਆ ਇਹਨਾਂ ਨਾਲ ਕੀ ਹੋ ਗਿਆ ਮਿਰਚਾਂ ਬੰਦੇ ਇਨਸਾਨ ਹੀ ਖਾਂਦੇ ਨੇ ਅਸੀਂ ਖਾ ਲੈ ਸੂੰ ਅੱਜ ਖਾ ਲੈ ਸੂੰ ਕਿਹੜਾ ਕਿਹੜਾ ਖਾ ਲਵੀ ਜਿਹਨੂੰ ਕੁਛ ਨਹੀਂ ਆਉਂਦਾ ਵੀ ਵੱਡੇ ਅੱਧੇ ਪੈ ਕਿ ਬੇਗਮ ਸਾਹਿਬ ਔਰ ਬੜੀ ਤੇਜ਼ੀ ਨਾਲ ਕੰਮ ਕਰਦੇ ਪੈਣ ਕਿਉਂਕਿ ਇਹਨਾਂ ਨੂੰ ਮੈਂ ਆਖਿਆ ਜਲਦੀ ਜਲਦੀ ਬਣਾਓ ਅਤੇ ਮੈਂ ਬਣਨਾ ਸ਼ਹਿਰ ਸ਼ਹਿਰ ਥੋੜ੍ਹੀ ਜਿਹਾ ਕੋਈ ਕੰਮ ਹੈ ਪੀ ਜਾਂ ਕੋਈ ਸਮਾਨ ਵਗੈਰਾ ਲੈ ਆਉਣੇ ਆਇਲ ਬਣਾਉਣੇ ਤੁਹਾਨੂੰ ਕੱਲ੍ਹ ਤਿਆਰ ਹੋ ਗਈ ਤੁਹਾਡੇ ਵਿਆਹ ਦੀ ਡਿਸ਼ ਇਹ ਬਿਰਿਆਨੀ ਮਸਾਲਾ ਪੈਂਦੇ ਪਏ ਹੈ ਤੁਹਾਡੇ ਵਿਰਾਹ ਦੀ ਡਿਸ਼ ਤਿਆਰ ਥੀਂਦੀ ਪਈ ਹੈ ਅਤੇ ਦੁਆ ਕਰਾਈ ਭੈਣ ਵਿਰਾਹ ਤੁਹਾਡੇ ਵਿਰਾਹ ਦੀ ਡਿਸ਼ ਹੋ ਗਈ ਹੈ ਤਿਆਰ ਅਤੇ ਤੁਹਾਡੇ ਵਿਰਾਹ ਨੂੰ ਵੇਨ ਪਿਆ ਦੇਵਣ ਅਤੇ ਇੱਦਾਂ ਤੁਹਾਡਾ ਵਿਰਾਹ ਕੇ ਕਰਿੰਦਾ ਬੈਠਾ ਉੱਠੀ ਉਹ ਤੁਹਾਡੀ ਡਿਸ਼ ਤਿਆਰ ਹੋ ਗਈ ਹੈ ਅਤੇ ਸਹੀ ਨਾਲ ਦੇ ਨਾਲ ਮੋਬਾਈਲ ਚਲਾਉਂਦੇ ਬੈਠੇ ਤੇ ਨਾਲ ਦੇ ਨਾਲ ਖਾਂਦੇ ਬੈਠੇ ਦੱਸੋ ਬੇ ਕਿਵੇਂ ਅੱਛੀ ਪੱਕੀ ਹੈ ਕਿਵੇਂ ਪੱਕੀ ਹੈ ਇਹ ਸਾਨੂੰ ਦੱਸੋ ਚਾਹ ਕਿਵੇਂ ਪੱਕੀ ਹੈ ਜ਼ਬਰਦਸਤ ਫੈਂਟੈਸਟਿਕ ਜ਼ਬਰਦਸਤ ਪਕਾਈ ਸੀ